ਏ ਵਾਲੀ ਸੁਰ ਤੋਂ, ਫੀਮੇਲ ਸਕੇਲ ਤੋਂ ਆਪਾਂ ਇਸ ਸ਼ਬਦ ਦੀ ਸੁਰਾਂ ਦੇਖਾਂਗੇ ਕਿ ਕਿਸ ਤਰ੍ਹਾਂ ਗਾਉਣਾ ਸ਼ਬਦ ਨੂੰ। ਦੋ ਲਾਈਨਾਂ ਦਾ ਹੀ ਸ਼ਬਦ ਹੈ। ਕਈ ਵਾਰੀ ਜਦੋਂ ਟਾਈਮ ਘੱਟ ਹੁੰਦਾ ਹੈ ਸਟੇਜ 'ਤੇ ਆ ਕੇ, ਕਈ ਵਾਰੀ ਪ੍ਰਬੰਧਕ ਕਹਿੰਦੇ ਨੇ ਕਿ ਛੋਟਾ ਜਿਹਾ ਸ਼ਬਦ ਪੜ੍ਹ ਦਿਓ 2-4 ਮਿੰਟ ਦਾ, ਤਾਂ ਆਪਾਂ ਇਹ ਵਾਲਾ ਸ਼ਬਦ ਪੜ੍ਹ ਸਕਦੇ ਹਾਂ। ਬਹੁਤ ਹੀ ਵਧੀਆ ਅਤੇ ਆਸਾਨ ਰੀਤ ਹੈ। ਹੁਣ ਆਪਾਂ ਦੇਖਦੇ ਹਾਂ ਕਿ ਕਿਸ ਤਰ੍ਹਾਂ ਗਾਉਣਾ ਇਸ ਸ਼ਬਦ ਨੂੰ। ਪਹਿਲਾਂ ਅਸਥਾਈ ਦੇਖਦੇ ਹਾਂ, ਫਿਰ ਅੰਤਰੇ ਦੇਖਾਂਗੇ। ਬੱਚੇ ਵੀ ਇਸੇ ਸੁਰ ਤੋਂ ਗਾ ਸਕਦੇ ਹਨ। ਕੈਰਵਾ ਤਾਲ ਦੇ ਵਿੱਚ ਸ਼ਬਦ ਦੀ ਰੀਤ ਹੈ। ਧਾ ਤਿੱਟ ਤਿੱਟ ਤਾ ਤਿੱਟ ਦਿਨ ਦਿਨ, ਇਹ ਵਾਲਾ ਕੈਰਵੇ ਤਾਲ ਦਾ ਠੇਕਾ ਵੱਜੇਗਾ ਸ਼ੁਰੂ 'ਚ, ਫਿਰ ਉਸੇ ਹਿਸਾਬ ਨਾਲ ਦੁੱਗਣ ਵੱਜੇਗੀ ਬਾਅਦ ਵਿੱਚ। ਹੁਣ ਪਹਿਲਾਂ ਅਸਥਾਈ ਦੇਖਦੇ ਹਾਂ, ਫਿਰ ਅੰਤਰੇ ਦੇਖਾਂਗੇ। ਬੇਨਤੀ ਹੈ ਕਿ ਵੀਡੀਓਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਸਾਜਨ ਤੇਰੇ, ਇਸ ਤਰ੍ਹਾਂ ਸਾਜਨ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਹੋਏ ਰਹਾ ਸਦ ਹੋਏ ਰਹਾ ਸਦ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਹੋਏ ਰਹਾ ਸਦ ਹੋਏ ਰਹਾ ਸਦ। ਇਹ ਆਪਾਂ ਸਮਝਣ ਵਾਸਤੇ ਅੱਧਾ ਅੱਧਾ ਕਰਕੇ ਤੁੱਕ ਨੂੰ ਦੋ ਦੋ ਵਾਰੀ ਦੇਖ ਰਹੇ ਹਾਂ। ਵੈਸੇ ਇਕੱਠਾ ਤੁੱਕ ਨੂੰ ਇਕੱਠਾ ਇੱਕੋ ਵਾਰੀ ਗਾਉਣਾ ਹੈ। ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਹੋਏ ਰਹਾ ਸਦ ਸਦ ਤੂਰ ਹੋਏ ਰਹਾ ਹੋਏ ਰਹਾ ਸਦ ਤੂਰ ਹੋਏ ਰਹਾ ਹੋਏ ਰਹਾ ਸਦ ਤੂਰ ਹੋਏ ਰਹਾ ਸਾਜਨ ਤੇਰੇ ਚਰਨ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ। ਹੁਣ ਅੰਤਰਾ ਦੇਖਦੇ ਹਾਂ। ਨਾਨਕ ਸ਼ਰਣ ਤੁਹਾਰੀਆ ਪੇਖੋ ਸਦਾ ਹਜ਼ੂਰ ਨਾਨਕ ਸ਼ਰਣ ਤੁਹਾਰੀਆ ਪੇਖੋ ਸਦਾ ਹਜ਼ੂਰ ਨਾਨਕ ਸ਼ਰਣ ਤੁਹਾਰੀਆ ਨਾਨਕ ਸ਼ਰਣ ਤੁਹਾਰੀਆ ਪੇਖੋ ਸਦਾ ਹਜ਼ੂਰ ਪੇਖੋ ਸਦਾ ਹਜ਼ੂਰ ਹੋਏ ਰਹਾ ਸਦ ਤੂਰ ਹੋਏ ਰਹਾ ਹੋਏ ਰਹਾ ਸਦ ਤੂਰ ਹੋਏ ਰਹਾ ਸਾਜਨ ਤੇਰੇ ਚਰਨ ਕੀ ਸਦ ਤੂੰ ਸਾਜਨ ਤੇਰੇ
चरण की, होए रहा सतगुर, होए रहा सतगुर, होए रहा सतगुर।